ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਜਗਪ੍ਰਿੰਤ ਟੀਵੀ ਨਿਊਜ਼ਲੈਂਡ ਤੋਂ ਮੈਂ ਹਰਮਿਕ ਸਿੰਘ ਨਿਊਜ਼ਲੈਂਡ ਦੇ ਵਿੱਚ ਲੋਕਲ ਬੋਰਡ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਬਹੁਤ ਸਾਰੇ ਪੰਜਾਬੀ ਤੇ ਭਾਰਤੀ ਉਮੀਦਵਾਰ ਵੀ ਇਸ ਵੇਲੇ ਲੋਕਲ ਬੋਰਡ ਚੋਣਾਂ ਦੇ ਵਿੱਚ ਉਤਰੇ ਹੋਏ ਨੇ ਮੇਰੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਅਜੇਬਾਲ ਜੀ ਜੋ ਬੋਟਨੀ ਹਲਕੇ ਤੋਂ ਦੌਵੈਦਾਰੀ ਪੇਸ਼ ਕਰ ਰਹੇ ਨੇ ਸੋ ਅਜੇਬਾਲ ਜਿੱਥੇ ਬਹੁਤ ਲੰਬੇ ਸਮੇਂ ਤੋਂ ਕਮਿਊਨਿਟੀ ਵਿੱਚ ਵਿਚਰਦੇ ਆ ਰਹੇ ਨੇ ਤੇ ਇਸ ਵਾਰ ਇੱਕ ਵਾਰ ਫਿਰ ਉਹ ਲੋਕਲ ਬੋਰਡ ਚੋਣਾਂ ਵਿੱਚ ਨਿਤਰੇ ਹੋਏ ਨੇ ਜਾਣਾਂਗੇ ਉਹਨਾਂ ਤੋਂ ਲੋਕਲ ਬੋਰਡ ਚੋਣਾਂ ਜਿਹੜੀਆਂ ਨੇ ਉਹ ਕਿਉਂ ਖਾਸ ਨੇ ਤੇ ਕਿਵੇਂ ਇਸ ਦੇ ਵਿੱਚ ਪੰਜਾਬੀ ਭਾਰਤੀ ਜਿਹੜੇ ਨੇ ਉਹ ਆਪਣਾ ਯੋਗਦਾਨ ਪਾ ਸਕਦੇ ਨੇ ਤੇ ਕੀ ਕੁਝ ਨਵਾਂ ਜੜਿਆ ਉਹ ਆਪਣੀ ਕਮਿਊਨਿਟੀ ਦੇ ਲਈ ਕਰ ਸਕਦੇ ਨੇ ਅਜੇਬਾਲ ਜੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਬੀਕਪਾ ਜੀ ਥੈਂਕ ਯੂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਮਾਂ ਅਜਾ ਜੀ ਸ਼ੁਰੂਆਤ ਕਰੀਏ ਆਪਾਂ ਤਾਂ ਤੁਸੀਂ ਪਿਛਲੀ ਵਾਰ ਵੀ ਵੈਸੇ ਤਾਂ ਲੋਕਲ ਬੋਰਡ ਚੋਂ ਨਾਲ ਵਿੱਚ ਉਤਰੇ ਸੀਗੇ ਇਸ ਵਾਰ ਹੋਰ ਨਵੀਂ ਤਿਆਰੀ ਕਰਕੇ ਆਏ ਹੋ ਤੇ ਇੱਕ ਵਾਰ ਫੇਰ ਬੋਟਨੀ ਹਲਕਾ ਹੀ ਤੁਸੀਂ ਕਿਉਂ ਚੁਣਿਆ ਅਹ ਵੇਖੋ ਬੋਟਨੀ ਮੈਂ ਪਿਛਲੇ 10 ਸਾਲਾਂ ਤੋਂ ਜੁੜਿਆ ਹਾਂ ਬੋਟਨੀ ਦੇ ਨਾਲ ਜੀ ਅ ਮੇਰੇ ਕਾਰੋਬਾਰ ਜਿਹੜੇ ਉਹ ਬੋਟਨੀ ਵਿੱਚ ਬੇਸਡ ਨੇ ਮੈਂ ਪਰਿਵਾਰਕ ਤੌਰ ਤੇ ਪਿਛਲੇ 10 ਸਾਲ ਤੋਂ ਰਹਿ ਰਿਹਾ 2012 ਤੋਂ ਲਗਭਗ ਤੇ ਬੋਟਨੀ ਦੀ ਜਿਹੜੀ ਕਮਿਊਨਿਟੀ ਆ ਪਿਛਲੇ ਕੋਈ 7-8 ਸਾਲ ਚ ਕਾਫੀ ਜ਼ਿਆਦਾ ਉੱਥੇ ਜਿਹੜੀ ਆ ਇੰਡੀਅਨ ਕਮਿਊਨਿਟੀ ਦੀ ਜਿਹੜੀ ਆਪਣੀਆਂ ਜਿਹੜਾ ਮੂਵਮੈਂਟ ਹੋਈ ਆ ਤੇ ਉਸ ਚੱਕਰ ਚ ਮੈਂ ਕਨੈਕਟਡ ਵੀ ਬਹੁਤ ਜ਼ਿਆਦਾ ਬੋਟਨੀ ਦੇ ਆਪਣੀ ਕਮਿਊਨਿਟੀ ਦੇ ਬੰਦਿਆਂ ਨਾਲ ਸੋ ਮੈਂ ਸੋਚਿਆ ਕਿ ਬੋਟਨੀ ਹੀ ਮੇਰੇ ਲਈ ਬੈਸਟ ਇੱਕ ਏਰੀਆ ਰਹੇਗਾ ਠੀਕ ਅੱਛਾ ਜਿਹੜੀ ਤੁਸੀਂ ਟੀਮ ਦੇ ਨਾਲ ਕੰਮ ਕਰ ਰਹੇ ਹੋ ਟੀਮ ਤੁਸੀਂ ਲੈ ਕੇ ਤੁਹਾਡੀ ਤਿੰਨ ਜਾਣਾਂ ਦੀ ਟੀਮ ਹੈ ਉਸ ਟੀਮ ਬਾਰੇ ਵੀ ਮੈਨੂੰ ਦੱਸੋ ਤੇ ਉਹ ਟੀਮ ਕੀ ਤੁਸੀਂ ਕਿਸੇ ਨੈਸ਼ਨਲ ਪਾਰਟੀ ਦੇ ਨਾਲ ਐਸੋਸੀਏਟ ਹੋ ਕੇ ਚੋਣਾਂ ਲੜ ਰਹੇ ਹੋ ਜਾਂ ਇੰਡੀਪੈਂਡੈਂਟ ਲ ਲੋਕਲ ਬੋਡੀ ਇਲੈਕਸ਼ਨ ਨਹੀਂ ਲੜਦੀ ਉਦਾਂ ਮੈਂ ਇੱਕ ਸਟੌਂਚ ਨੈਸ਼ਨਲ ਨੈਸ਼ਨਲਿਸਟ ਆ ਨੈਸ਼ਨਲ ਪਾਰਟੀ ਦਾ ਮੈਂਬਰ ਹੂ ਬੜੇ ਲੰਬੇ ਸਮੇਂ ਤੋਂ ਤੇ ਪ੍ਰਾਊਡ ਮੈਂਬਰ ਆ ਬਟ ਜਿਹੜੀ ਨੈਸ਼ਨਲ ਪਾਰਟੀ ਆ ਲੋਕਲ ਬੋਡੀ ਇਲੈਕਸ਼ਨ ਜਿਹੜੀਆਂ ਉਹ ਨਹੀਂ ਕੰਟੈਸਟ ਕਰਦੇ ਸੋ इंडिपेंडेंटली ਕਰ ਰਹੇ ਆ ਪਰ ਅਸੀਂ ਸੋਚਿਆ ਕਿ ਇੱਕ ਟੀਮ ਬਣਾਈ ਜਾਵੇ ਕਿਉਂਕਿ ਬੌਟਨੀ ਜਿਹੜਾ ਆ ਉਸ ਦੇ ਵਿੱਚ ਕੋਈ 22-23% ਇੰਡੀਅਨ ਨੇ ਜੀ 24-25% ਜਿਹੜਾ ਉਹ ਏਸ਼ੀਅਨ ਭਾਈਚਾਰਾ ਆ ਤੇ ਬਾਕੀ ਥੋੜਾ ਜਿਹਾ ਮਿਕਸ ਯੂਰੋਪੀਅਨ ਤੇ ਸਾਰਾ ਸੋ ਇਸ ਕਰਕੇ ਸੋਚਿਆ ਕਿ ਇੱਕ ਟੀਮ ਬਣਾਈ ਜਾਵੇ ਜਿਹੜੀ ਕਿ ਡਾਇਵਰਸ ਟੀਮ ਹੋਵੇ ਜਿਹੜੀ ਕਿ ਹਰ ਇੱਕ ਇੱਕ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰਦੀ ਹੋਵੇ ਸੋ ਉਹਦੇ ਤਹਿਤ ਅਸੀਂ ਇੱਕ ਵੀ ਨੋ ਬੋਟਨੀ ਕਰਕੇ ਟੀਮ ਜਿਹੜੀ ਉਹ ਬਣਾਈ ਆ ਉਹਦੇ ਵਿੱਚ ਚਾਈਨੀਜ਼ ਦੇ ਵਿੱਚ ਪੀਟਰ ਯੰਗ ਨੇ ਇੰਡੀਅਨ ਕਮਿਊਨਿਟੀ ਨੂੰ ਮੈਂ ਰਿਪਰੈਜ਼ੈਂਟ ਕਰ ਰਿਹਾ ਤੇ ਇਹ ਜੁੜਿਤ ਕਰਾਉਂਦੇ ਜਿਹੜੀ ਕਿ ਯੂਰੋਪੀਅਨ ਕਮਿਊਨਿਟੀ ਨੂੰ ਰਿਪਰੈਜ਼ੈਂਟ ਕਰ ਰਿਹਾ ਠੀਕ ਅਜ਼ਰ ਜੀ ਪਿਛਲੇ 10 ਸਾਲ ਤੋਂ ਤੁਸੀਂ ਬੋਟਨੀ ਹਲਕੇ ਵਿੱਚੋਂ ਤੁਹਾਡੇ ਕਾਰੋਬਾਰ ਵੀ ਉੱਥੇ ਨੇ ਤੁਹਾਡੇ ਫਰੈਂਡ ਸਰਕਲ ਤੁਹਾਡਾ ਪਰਿਵਾਰ ਵੀ ਉੱਥੇ ਆ ਕੀ ਡਾਕਟਰ ਖਲੀਫਾ ਨੇ ਜਾਂ ਕੀ ਜਿਹੜੇ ਜਿਹੜੇ ਮੇਜਰ ਚੈਲੰਜਸ ਕੀ ਨੇ ਉੱਥੇ ਕਮਿਊਨਿਟੀ ਨੂੰ ਖਾਸ ਤੌਰ ਤੇ ਮੈਂ ਜਿੰਨਾ ਕਿ ਸਮਝਦੇ ਆ ਜਾਂ ਸਾਡੇ ਦਰਸ਼ਕ ਜਿਹੜੇ ਸਮਝਦੇ ਨੇ ਪੋਟਨੀ ਫਲੈਟ ਪੋਚ ਦਾ ਇਲਾਕਾ ਜਿਹੜਾ ਥੋੜਾ ਜਿਹਾ ਪੌਸ਼ ਇਲਾਕੇ ਵਿੱਚ ਆ ਜਾਂਦਾ ਹੈ ਕੀ ਉੱਥੇ ਵੀ ਅਜੇ ਚੈਲੰਜਸ ਨੇ ਕਾਉਂਸਲ ਦੇ ਕੰਮਕਾਰ ਨੂੰ ਲੈ ਕੇ ਜਾਂ ਫਿਰ ਕਮਿਊਨਿਟੀ ਨੂੰ ਲੈ ਕੇ ਦੇਖੋ ਬਹੁਤ ਬੜੇ ਇੱਕ ਬੜੀਆਂ ਵਾਕਈ ਮੁਸ਼ਕਲਾਂ ਨੇ ਜਿਹੜੀਆਂ ਆਪਾਂ ਸੋਚਦੇ ਨੇਗੇ ਡੇ ਟੂ ਡੇ ਲਾਈਫ ਵਿੱਚ ਤੇ ਮੈਂ ਦਰਸ਼ਕਾਂ ਨੂੰ ਦੱਸ ਦੇਣਾ ਚਾਹੁੰਦਾ ਕਿ ਬੋਟਨੀ ਜਿਹੜਾ ਫਲੈਟ ਬੁਸ਼ ਏਰੀਆ ਖਾਸ ਕਰਕੇ ਉਹਦੀ ਆਉਣ ਵਾਲੇ ਸਮੇਂ ਦੇ ਵਿੱਚ ਕੁੱਲ ਬਾਦੀ ਅਰਾਊਂਡ 40000 ਦੀ ਹੋ ਜਾਣੀ ਹੈ ਜਿਹੜੀ ਕਿ ਇੱਕ ਨੈਲਸਨ ਸਿਟੀ ਦੀ ਨਹੀਂ ਪੋਪੂਲੇਸ਼ਨ ਹੈ ਸੋ ਤੁਸੀਂ ਇਮੇਜਿਨ ਕਰ ਸਕਦੇ ਹੋ ਕਿ ਕਿੰਨੀ ਵੱਡਾ ਇਨਫਲਕਸ ਜਿਹੜਾ ਆ ਉਸ ਏਰੀਆ ਵਿੱਚ ਹੋਇਆ ਅ ਇੰਨੀ ਵੱਡੀ ਪਪੂਲੇਸ਼ਨ ਹੋਣ ਦੇ ਬਾਵਜੂਦ ਵੀ ਸਾਡੇ ਕੋਲ ਉੱਥੇ ਨਾ ਤੇ ਕੋਈ ਕਮਿਊਨਿਟੀ ਸੈਂਟਰ ਹੈਗਾ ਠੀਕ ਜਿੱਥੇ ਸਾਡੀ ਕਮਿਊਨਿਟੀ ਜਿਹੜੀ ਆ ਕਿ 100 200 250 ਬੰਦਾ ਇਕੱਠਾ ਹੋ ਕੇ ਕੋਈ ਇਵੈਂਟ ਕਰ ਸਕੇ ਜਾਂ ਤਾਂ ਸਾਨੂੰ ਪਾਪਟੋਏ ਆਉਣਾ ਪੈਂਦਾ ਜਾਂ ਸਾਨੂੰ ਜਾਣਾ ਪੈਂਦਾ ਹਵਿਕ ਠੀਕ ਬੋਟਨੀ ਫਲੇਟ ਬੁਸ਼ਰੀਏ ਵਿੱਚ ਇਹੋ ਜਿਹਾ ਕੁਝ ਨਹੀਂ ਹੈਗਾ ਦੂਸਰੀ ਜਿਹੜੀ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਇੱਕ ਸਾਡਾ ਲੈਜਰ ਸੈਂਟਰ ਨਹੀਂ ਹੈਗਾ ਜਾਂ ਲਾਇਬ੍ਰੇਰੀ ਨਹੀਂ ਹੈਗੀ ਸਾਨੂੰ ਬੋਟਨੀ टाउन ਸੈਂਟਰ ਜਾਣਾ ਪੈਂਦਾ ਜਾਂ ਤੇ ਜਾਂ ਸਾਨੂੰ ਇਧਰ ਪਪੋਟੇ ਫੇਅਰ ਆਉਣਾ ਪੈਂਦਾ ਸੋ ਇਹ ਇੱਕ ਦੋ ਬਹੁਤ ਵੱਡੇ ਮਸਲੇ ਨੇ ਜਿਹੜੀ ਜਿਹੜੇ ਅਸੀਂ ਮੈਂ ਤੇ ਮੇਰੀ ਟੀਮ ਜਿਹੜੀ ਹਾਈਲਾਈਟ ਕਰਨਗੇ ਜਿਹੜੇ ਅਸੀਂ ਸਾਨੂੰ ਲੋਕਾਂ ਨੇ ਮੌਕਾ ਦਿੱਤਾ ਤੇ ਇਸ ਤੋਂ ਇਲਾਵਾ ਜਿਹੜਾ ਛੋਟੇ ਛੋਟੇ ਮੁੱਦੇ ਬਹੁਤ ਸਾਰੇ ਨੇ ਕੋਈ ਪ੍ਰੋਟੈਸਟੈਂਟ ਕ੍ਰੋਸਿੰਗ ਬਣਵਾਣੀ ਆ ਕਿਤੇ ਕੋਈ ਪਾਰਕਾਂ ਦੇ ਵਿੱਚ ਸਾਡੇ ਬਜ਼ੁਰਗਾਂ ਲਈ ਕੋਈ ਸ਼ੈਲਟਰ ਬਣਾਉਣ ਦੇ ਮਸਲੇ ਨੇ ਸੋ ਬਹੁਤ ਛੋਟੀਆਂ ਚੀਜ਼ਾਂ ਵੀ ਜੜੀਆਂ ਹੈਗੀਆਂ ਨੇ ਜੜੀਆਂ ਹਾਈਲਾਈਟ ਅਸੀਂ ਕਰਾਂਗੇ ਅੱਗੇ ਜਾ ਕੇ ਅੱਛਾ ਬੋਟਨੀ ਫਲੇਟ ਪੁੱਛਦੀ ਆਪਾਂ ਗੱਲ ਕਰੀਏ ਨੇ ਕਿ ਮੇਜਰ ਜਿਹੜਾ ਰੋਡ ਰੰ ਦਾ ਸਕੂਲ ਦਾ ਰਹਿੰਦਾ ਹੈ ਸਕੂਲਸ ਨੂੰ ਲੈ ਕੇ ਆਪਾਂ ਦੇ ਦੇ ਘਰਾਂ ਦੇ ਪ੍ਰਾਈਸ ਜਿਹੜੇ ਨੇ ਇੱਥੇ ਸਬਾਬ ਦੇ ਵਿੱਚ ਉੱਚੇ ਉੱਤੇ ਵੀ ਜਾਂਦੇ ਨੇ ਥੱਲੇ ਵੀ ਆਉਂਦੇ ਨੇ ਸਕੂਲ ਦੀ ਬੜੀ ਵੱਡੀ ਸਮੱਸਿਆ ਬਣੀ ਹੋਈ ਹੈ ਬੋਟਨੀ ਦੇ ਵਿੱਚ ਲੋਕ ਜ਼ਿਆਦਾ ਆ ਗਏ ਨੇ ਕਾਉਂਸਲ ਨੇ ਜਿਹੜੇ ਪਲਾਨ ਜਿਹੜੇ ਉਹ ਜ਼ਿਆਦਾ ਅਪਰੂਵ ਕਰਤੇ ਨੇ ਘਰ ਜ਼ਿਆਦਾ ਬਣ ਗਏ ਨੇ ਪੋਪੂਲੇਸ਼ਨ ਜ਼ਿਆਦਾ ਹੋ ਗਈ ਹੈ ਸਕੂਲਸ ਨਹੀਂ ਹੈਗੇ ਉਹਨਾਂ ਨੂੰ ਲੈ ਕੇ ਤੁਹਾਡੀ ਟੀਮ ਜਿਹੜੀ ਹੈ ਕੀ ਪਲਾਨ ਕਰ ਰਹੀ ਹੈ ਵੇਖੋ ਜਿਹੜਾ ਸਕੂਲ ਹੈ ਇਹ ਮਿਨਿਸਟਰੀ ਆਫ ਐਜੂਕੇਸ਼ਨ ਦੀ ਸਕੀਮ ਹੁੰਦੀ ਹੈ ਜੀ ਜਿਹੜਾ ਕਿ ਇੱਕ ਨੈਸ਼ਨਲ ਮੁੱਦਾ ਹੈ ਜਿਹੜਾ ਕਿ ਇੱਕ ਸੈਂਟਰਲ ਮੁੱਦਾ ਆ ਆਪਾਂ ਜਿਹਨੂੰ ਕਹਿ ਸਕਦੇ ਆ ਉਹਦੇ ਵਿੱਚ ਲੋਕਲ ਬੋਰਡ ਜਾਂ ਲੋਕਲ ਕਾਉਂਸਲ ਪੀ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਉਹਦੇ ਵੱਲੋਂ ਅਸੀਂ ਉਹਨੂੰ ਪੈਰਵਾਇਜ਼ ਨਹੀਂ ਕਰਾਂਗੇ ਜਿੱਥੇ-ਜਿੱਥੇ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈਗੇ ਸਾਡੇ ਵੱਲੋਂ ਹਮੇਸ਼ਾ ਸਾਡੀ ਟੀਮ ਵੱਲੋਂ ਹਮੇਸ਼ਾ ਅਸੀਂ ਉਸ ਚੀਜ਼ ਨੂੰ ਅੱਗੇ ਰੱਖਾਂਗੇ ਬਟ ਸਕੂਲਾਂ ਦੀ ਤੁਹਾਡੀ ਗੱਲਬਾਤ ਬਿਲਕੁਲ ਸਹੀ ਹੈ ਮੈਂ ਇੱਕ ਦੱਸ ਦੇਣਾ ਚਾਹਣਾ ਦਰਸ਼ਕਾਂ ਨੂੰ ਜਿਹੜੇ ਫਲੈਟ ਬੁਸ਼ ਰਹਿਣ ਵਾਲੇ ਨੇ ਫਲੈਟ ਬੁਸ਼ ਵੈਸਟ ਇੱਕ ਸਕੂਲ ਪ੍ਰਪੋਜ਼ ਸੀਗਾ ਠੀਕ ਜਿਹੜਾ ਕਿ ਕਵਰ ਤੋਂ ਪਹਿਲਾਂ ਰੱਖਿਆ ਗਿਆ ਸੀਗਾ ਅੱਜ ਵੀ ਆ ਪ੍ਰੋਪੋਜ਼ਲ ਵਿੱਚ ਮਿਨਿਸਟਰੀ ਆਫ ਐਜੂਕੇਸ਼ਨ ਦੇ ਬਟ ਓਕੇ ਕਿ ਕੋਵਿਡ ਦੇ ਐਕਸਪੈਂਸਸ ਹੋਣ ਕਰਕੇ ਤੇ ਗ੍ਰਾਂਟਾਂ ਪੈਸੇ ਫੰਡਿੰਗ ਘਟ ਹੋਣ ਕਰਕੇ ਸ਼ਾਇਦ ਉਹ ਥੋੜਾ ਜਿਹਾ ਬੈਕਵਾਰਡਰ ਤੇ ਪਾਇਆ ਹੋਇਆ ਹੈ ਇਸ ਵੇਲੇ ਬਟ ਫਿਊਚਰ ਵਿੱਚ ਉਹਦਾ ਇੱਕ ਪਲਾਨ ਜ਼ਰੂਰ ਹੈ। ਫਲੈਟ ਬੁਸ਼ ਬੋਟਨੀ ਆਪਾਂ ਗੱਲ ਕਰੀਏ ਘਰ ਚਾਹੇ 2-2 ਮਿਲੀਅਨ ਦੇ ਹੋ ਗਏ ਨੇ ਪਰ ਲੋਕੀ ਅਜੇ ਵੀ ਟਰਾਂਸਪੋਰਟ ਸਿਸਟਮ ਨੂੰ ਤਰਸਦੇ ਨੇ। ਕੋਈ ਪੁਖਤਾ ਟਰਾਂਸਪੋਰਟ ਸਿਸਟਮ ਉੱਥੇ ਨਹੀਂ ਹੈ ਰੇਲ ਤਾਂ ਬਹੁਤ ਦੂਰ ਦੀ ਗੱਲ ਹੈ ਬੱਸ ਸਰਵਿਸ ਵੀ ਉੱਥੇ ਅੱਛੀ ਨਹੀਂ ਹੈਗੀ ਇੰਨੀ ਜਾ ਰਹਾ ਹੈ ਨਾ ਤੇ ਉਸੇ ਚੱਲਦਿਆਂ ਫਿਰ ਹਾਲਕਿ ਜਿਹੜਾ ਫਿਰ ਅਗੇ ਟ੍ਰਾਂਸਪੋਰਟ ਸਿਸਟਮ ਜਿਹੜਾ ਆ ਉਹ ਨੈਸ਼ਨਲ ਪੋਲਿਟਿਕਸ ਦਾ ਮੁੱਦਾ ਆ ਜਾਂਦਾ ਪਰ ਲੋਕਲ ਬੋਰਡ ਇਹਦੇ ਵਿੱਚ ਕੀ ਵੈਲਿਊ ਪਾ ਸਕਦਾ ਇਹ ਸਟਾਕਲਨ ਬੜਾ ਪੂਰਲੀ ਕਨੈਕਟਡ ਆ ਪਬਲਿਕ ਟ੍ਰਾਂਸਪੋਰਟ ਨੂੰ ਤੁਹਾਡੀ ਬਿਲਕੁਲ ਸਹੀ ਆ ਕਿਉਂਕਿ ਸਿੱਖੋ ਦੇ ਨੇ ਸਾਲਾਂ ਤੋਂ ਰਹਿ ਰਹੇ ਆ ਸਾਡੇ ਬਜ਼ੁਰਗਾਂ ਨੂੰ ਬੜੀ ਦਿੱਕਤ ਆਉਂਦੀ ਆ ਫਲੈਟ ਪੁਸ਼ ਤੋਂ ਤੁਸੀਂ ਮੈਨਕਾ ਉਹ ਬੱਸ ਸਟੇਸ਼ਨ ਆਉਣਾ ਤਾਂ ਤੁਹਾਨੂੰ 1 ਘੰਟਾ ਲੱਗਦਾ ਕਿਉਂਕਿ ਤੁਹਾਨੂੰ ਦੋ-ਤਿੰਨ ਬਸਾਂ ਚੇਂਜ ਕਰਨੀਆਂ ਪੈਣਦੀਆਂ ਆ ਜੀ ਅਗੇਨ ਨੈਸ਼ਨਲ ਮੁੱਦਾ ਹੈ ਬਟ ਹੌਵਿਕ ਲੋਕਲ ਬੋਰਡ ਵੀ ਇਸ ਨੂੰ ਪੁਸ਼ ਕਰ ਰਿਹਾ ਹੈ ਏਟੀ ਦੇ ਨਾਲ ਮਿਲ ਕੇ ਆਕਲੈਂਡ ਟਰਾਂਸਪੋਰਟ ਦੇ ਨਾਲ ਮਿਲ ਕੇ ਇੱਕ ਪਬਲਿਕ ਟਰਾਂਸਪੋਰਟ ਬਿਲਕੁਲ ਪਲਾਨਡ ਹੈ ਪ੍ਰੋਪੋਜ਼ਡ ਹੈ ਜਿਹੜੀ ਕਿ ਬੋਟਨੀ ਟਾਊਨ ਸੈਂਟਰ ਤੋਂ ਟੀਰੰਗੀ ਡਰਾਈਵ ਦੇ ਥਰੂ ਹੋ ਕੇ 에ਅਰਪੋਰਟ ਨਾਲ ਕਨੈਕਟ ਕਰਨਾ ਹੈ ਜੀ ਉਹ ਇਹਦਾ ਟ੍ਰੇਨ ਹੈ ਜਾਂ ਬੱਸ ਲੈਣ ਉਹਨਾਂ ਨੂੰ ਬਣਾਉਣਗੇ ਉਹਦੇ ਬਾਰੇ ਹਲੇ ਕੋਈ ਬਹੁਤੀ ਜਾਣਕਾਰੀ ਆਪਣੇ ਕੋਲ ਨਹੀਂ ਆਈ ਪਰ ਅਸੀਂ ਅੱਗੇ ਕੀ ਦੱਸਦੇ ਚੱਲਾਂਗੇ ਜਿੱਦਾਂ ਜਿੱਦਾਂ ਆਪਣੀ ਆਉਂਦੀ ਰਹੀ ਬਟ ਇੱਕ ਬੜਾ ਵੱਡਾ ਮੁੱਦਾ ਹੈ ਤੇ ਉਸ ਵਿੱਚ ਅਸੀਂ ਬਿਲਕੁਲ ਐਜ਼ਾ ਹੌਵਿਕ ਲੋਕਲ ਬੋਰਡ ਰਿਪਰੈਜ਼ੈਂਟੇਟਿਵ ਪਹਿਲਾਂ ਰੈਮ ਰੇਟਸ ਦੀ ਵੀ ਆਪਣਾ ਨਾਲ ਗੱਲ ਕਰ ਲਈਏ ਔਰ ਮਿਸਟਨ ਸੈਂਟਰ ਜਿਹੜਾ ਕਿ ਬਿਲਕੁਲ ਇਹਨੂੰ ਵਿਚਕਾਰ ਆ ਫਲਡ ਬੁਸ਼ਸ ਜਿਹਨਾਂ ਸਬਬ ਦੇ ਕਈ ਵਾਰ ਟਾਰਗੇਟ ਹੋ ਚੁੱਕੇ ਹੈ ਕਈ ਵਾਰ ਬਿਜ਼ਨੈਸਸ ਨੂੰ ਜਿਹੜਾ ਉਹ ਰੈਮ ਰੇਟਸ ਦਾ ਜਿਹੜਾ ਕਿ ਸਾਹਮਣਾ ਕਰ ਰਿਹਾ ਡਾਕੇ ਪਏ ਨੇ ਪੰਜਾਬੀ ਚ ਆਪਾਂ ਕਹੀਏ ਤੇ ਘਰ ਵੀ ਜਿਹੜੇ ਬਹੁਤੇ ਮਫਸੂਜ਼ ਨਹੀਂ ਆ ਤੁਸੀਂ ਦੇਖਦੇ ਆ ਕਿ ਹਰ ਰੋਜ਼ ਕਿਤਨਾ ਕਿਤੇ ਪੋਸਟ ਪਾਈ ਹੁੰਦੀ ਹੈ ਘਰਾਂ ਦੇ ਬਾਹਰੋਂ ਯੂ نو ਕੋਰੀਅ ਜਿਹੜੇ ਹੁੰਦੇ ਉਹ ਗਾਇਬ ਹੋ ਜਾਂਦੇ ਨੇ ਘਰ ਸੇਫ ਨਹੀਂ ਸੋ ਇੰਨੇ ਮਹਿੰਗੇ ਸਬੁਰਬ ਦੇ ਵਿੱਚ ਰਹਿੰਦੇ ਆ ਵੀ ਸਿਕਿਉਰਟੀ ਬੜਾ ਵੱਡਾ ਇਸ਼ੂ ਆ ਸੋ ਲੋਕਲ ਬੋਰਡ ਯੂ نو ਇਹਦੇ ਵਿੱਚ ਕੀ ਕਰ ਸਕਦਾ ਹਾਂ ਜੀ ਅਸੀਂ ਬਿਲਕੁਲ ਜੀ ਲੋਕਲ ਬੋਰਡ ਇਸ ਵਿੱਚ ਬਹੁਤ ਵੱਡਾ ਰੋਲ ਪਲੇ ਕਰਦਾ ਆ ਤੇ ਜਿਹੜਾ ਰਿਪਰੈਜ਼ੈਂਟੇਟਿਵ ਹੈ ਤੁਹਾਡਾ ਜੇ ਮੈਂ ਚੁਣ ਕੇ ਜਾਣਾ ਤੇ ਮੈਂ ਇੱਕ ਬਹੁਤ ਵੱਡਾ ਰੋਲ ਪਲੇ ਕਰ ਸਕਦਾ ਹਾਂ ਪੁਲਿਸਿੰਗ ਨੂੰ ਲੈ ਕੇ ਜਿਹੜੀ ਵੇਖੋ ਪੁਲਿਸ ਦੀ ਪ੍ਰੈਜ਼ੈਂਸ ਹੋਣਾ ਕਿਸੇ ਵੀ ਖੇਤਰ ਦੇ ਵਿੱਚ ਬਹੁਤ ਜ਼ਰੂਰੀ ਹੈ ਕਿਉਂਕਿ ਪੁਲਿਸ ਦੀ ਪ੍ਰੈਜ਼ੈਂਸ ਜਸਟ ਹੋਣ ਦੇ ਨਾਲ ਜਿਹੜਾ ਜਿਹੜੇ ਇੱਕ ਸ਼ਰਾਰਤੀ ਅ ਰਹਿੰਦੇ ਨੇ ਉਸ ਏਰੀਏ ਤੋਂ ਹੁਣ ਜਿਹੜੀ ਕਾਉਂਟੀਆਂ ਮੈਨੇ ਕਹ ਉਹਦੇ ਵਿੱਚ ਈਸਟ ਟਾਕਲੈਂਡ ਦੇ ਵਿੱਚ ਜਿਹੜੇ ਪੁਲਿਸ ਆਫੀਸਰ ਕੰਮ ਕਰਦੇ ਨੇ ਇੱਕ ਨਾ ਐਵਰੀ ਸੰਡੇ ਮੀਟਿੰਗ ਹੁੰਦੀ ਹੈ ਲਾਇਬ੍ਰੇਰੀ ਬੋਟਨੀ ਦੇ ਵਿੱਚ 11 ਵਜੇ ਤੁਸੀਂ اٹੈਂਡ ਕਰ ਸਕਦੇ ਆ ਜੈਸ ਅ ਰੈਜ਼ੀਡੈਂਟ ਆਫ ਫਲੈਟਬੁਸ਼ ਬੋਟਨੀ ਜਿਹਦੇ ਵਿੱਚ ਉਹ ਜਾਣਕਾਰੀ ਦਿੰਦੇ ਨੇ ਕਿ ਕਿੰਨੀਆਂ ਕਿ ਘਟਨਾਵਾਂ ਜਿਹੜੀਆਂ ਨੇ ਪਿਛਲੇ ਮਹੀਨੇ ਦੇ ਵਿੱਚ ਹੋਈਆਂ ਨੇ ਮਹੀਨੇ ਤੋਂ ਮਹੀਨੇ ਬੋਰਾ ਦਿੱਤਾ ਹੁੰਦਾ ਸਾਰਾ ਉਹਦਾ ਤੇ ਮੈਂ ਪਿਛਲੇ ਹਫਤੇ ਇੱਕ اٹੈਂਡ ਕੀਤੀ ਸੀ ਉਹਨਾਂ ਦੀ ਪਿਛਲੇ ਸੰਡੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਜਿਹੜਾ ਨਿਊਜ਼ੀਲੈਂਡ ਦਾ ਲਾਅ ਆ ਉਹ ਬਹੁਤ ਵੀਕ ਹੈ ਇਨ ਟਰਮਸ ਆਫ ਪਨਿਸ਼ਿੰਗ ਸਮਬਡੀ ਜੀ ਤੇ ਉਹ ਇੱਕ ਪੁਲਿਸ ਆਫਸਰ ਸੀ ਕਿ ਆਪਣੇ ਉਹਨਾਂ ਨੇ ਬੜੀ ਬਿਧੀ ਗੱਲ ਕਹਿੰਦੀ ਕਿ ਮੈਂ ਇਦਾਂ ਹੀ ਰੈਮ ਰੇਡ ਜਾਂ ਕੁਝ ਬੰਦਾ ਫੜਿਆ ਸੀਗਾ ਉਹਦੀ 14 ਸਾਲ ਦੀ ਇੰਪ੍ਰਿਜ਼ਨਮੈਂਟ ਸੀਗੀ ਜਿਹੜੀ ਹੋਣੀ ਚਾਹੀਦੀ ਸੀ ਉਹਨੂੰ ਪਰ ਉਹਨੂੰ ਕੋਰਟ ਨੇ ਸਿਰਫ 6 ਮਹੀਨੇ ਦੀ ਹੋਮ ਡਿਟੈਂਸ਼ਨ ਦੇ ਉੱਤੇ ਛੱਡ ਦਿੱਤਾ ਅੱਛਾ ਬਾ ਉਹਨਾਂ ਚੀਜ਼ਾਂ ਸਾਡਾ ਕੰਟਰੋਲ ਨਹੀਂ ਹੈਗਾ ਚਲੋ ਕਿਉਂਕਿ ਸਿਸਟਮ ਇੱਕ ਲਾਅ ਦਾ ਬਣਿਆ ਹੋਇਆ ਉਹਨੂੰ ਤਾਂ ਜਦੋਂ ਕਾਨੂੰਨ ਚੇਂਜ ਹੁੰਦੇ ਜਾਂ ਪਾਰਲੀਮੈਂਟ ਵਿੱਚ ਚੇਂਜ ਕੀਤਾ ਜਾ ਸਕਦਾ ਪਰ ਅਸੀਂ ਪੁਲਿਸਿੰਗ ਜਿਹੜੀ ਆ ਉਹਦੀ ਪ੍ਰੈਜ਼ੈਂਸ ਜਿਹੜੀ ਆ ਆਪਣੇ ਏਰੀਆ ਵਿੱਚ ਵਧਾ ਸਕਦੇ ਹਾਂ ਉਹ ਐਜ਼ ਅ ਕਮਿਊਨਿਟੀ ਜੇ ਮੈਂ ਤੁਹਾਡਾ ਰਿਪਰੈਜ਼ੈਂਟੇਟਿਵ ਬਣ ਕੇ ਜਾਨਣਾ ਆ ਤੇ ਮੈਂ ਵੱਧ ਤੋਂ ਵੱਧ ਉਹ ਇਨਕਰੇਜ ਕਰਾਂਗਾ ਕਿ ਵੱਧ ਤੋਂ ਵੱਧ ਪੁਲਿਸ ਆਫਸਰ ਜਿਹੜੇ ਆ ਉਸ ਏਰੀਆ ਵਿੱਚ ਅਲੋਕੇਟ ਕੀਤੇ ਜਾਣ ਜਿਹੜੇ ਕਿ ਇੱਕ ਡੇਂਜਰ ਏਰੀਆ ਜ ਜਨੂੰ ਆਪਾਂ ਕਹਿ ਸਕਦੇ ਆਂ ਵੀ ਸਟ੍ਰੀਟਾਂ ਸੇਫ ਨਹੀਂ ਹੈਗੀਆਂ ਜਾਂ ਗੱਡੀਆਂ ਚੋਰੀ ਹੁੰਦੀਆਂ ਨੇ ਜਾਂ ਉਹ ਜਿਹੜੇ ਇਹੋ ਜਿਹੇ ਇਵੈਂਟ ਕੀਤੇ ਜਾ ਸਕਦੇ ਨੇ ਜਿਹੜਾ ਕਿ ਮੈਂ ਇੱਕ ਕੋਵਿਡ ਦੇ ਦੌਰਾਨ ਸੇਫ ਸਟ੍ਰੀਟ ਕਰਕੇ ਇੱਕ ਆਰਗੇਨਾਈਜ਼ ਵੀ ਕੀਤਾ ਸੀਗਾ ਉਹ ਦੱਸ ਸਕਦੇ ਤੁਹਾਨੂੰ ਕਿ ਕਿੱਦਾਂ ਦੀਆਂ ਚੀਜ਼ਾਂ ਤੁਸੀਂ ਪ੍ਰिवेंट ਕਰਦੇ ਸਕਦੇ ਹੋ ਜੀ ਰਾਈਟ ਅਜਾ ਜੀ ਤੁਸੀਂ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਤੁਸੀਂ ਪ੍ਰੋ ਨੈਸ਼ਨਲ ਆ ਨੈਸ਼ਨਲ ਦੀ ਆਡਲੋਜੀ ਦੇ ਨਾਲ ਤੁਸੀਂ ਆਪਣੇ ਆਪ ਨੂੰ ਬავਸਤਾ ਰੱਖਦੇ ਹੋ ਨੈਸ਼ਨਲ ਪਾਰਟੀ ਦੇ ਲੀਡਰ ਜਿਹੜੇ ਨੇ ਕ੍ਰਿਸਟੋਫਰ ਲਕਸ਼ਣ ਜਿਹੜੇ ਨੇ ਉਹ ਬੋਟਨੀ ਹਲਕੇ ਤੋਂ ਯੂ ਐਮ ਪੀ ਨੇ ਹੋ ਸਕ ਇਹ ਚੋਣਾਂ ਦੇ ਵਿੱਚ ਉਹ ਐਜ਼ ਅ ਪੀਐਮ ਵੀ ਜਿਹੜੇ ਦੇਖਣ ਨੂੰ ਮਿਲ ਸੋ ਤੁਹਾਨੂੰ ਲੱਗਦਾ ਕਿ ਜੇਕਰ ਤੁਸੀਂ ਲੋਕਲ ਬੋਰਡ ਚੁਣ ਕੇ ਆਉਣੇ ਹੋ ਤੇ ਜੇਕਰ ਇਦਾਂ ਦਾ ਕੋਈ ਸ਼ਖਸ ਜਿਹੜਾ ਉਹ ਤੁਹਾਡੇ ਹੀ ਇਲਾਕੇ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ ਲੋਕਾਂ ਦੇ ਨਹੀਂ ਤੁਸੀਂ ਬਿਹਤਰ ਕੰਮ ਕਰ ਸਕੋਗੇ ਆ ਵੇਖੋ ਇਹ ਜਿਹੜਾ ਲੋਕਲ ਬੋਡੀ ਪੋਲਿਟਿਕਸ ਹੈ ਤੇ ਜਿਹੜੀ ਸੈਂਟਰ ਪੋਲਿਟਿਕਸ ਹੈ ਟੋਟਲੀ ਸੈਪਰੇਟ ਲੋ ਵੇngਨੇ ਹਾਂ ਬਿਲਕੁਲ ਇੱਕ ਦੂਸਰੇ ਦੀ ਸਪੋਰਟ ਨਾਲ ਕੰਮ ਕਰਦੇ ਨੇ ਕ੍ਰਿਸਟੋਫਰ ਲਕਸਨ ਨੇ ਕਿਉਂਕਿ ਮੈਂ ਉਹਨਾਂ ਦੀ ਟੀਮ ਵਿੱਚ ਵੀ ਐਜ਼ ਅ ਐਗਜ਼ੀਕਟਿਵ ਕਮੇਟੀ ਵਿੱਚ ਵੀ ਉਹਨਾਂ ਦੇ ਮੈਂ ਮੈਂਬਰ ਆ ਤੇ ਉਹਨਾਂ ਨੇ ਪਿਛਲੇ ਸਾਲ ਸਾਡੀ ਜਿਹੜੀ ਆ ਥੋਮਸ ਰੋਡ ਦੇ ਕਾਰਨਰ ਨੂੰ ਲੈ ਕੇ ਤੇ ਉਹਨਾਂ ਨੇ ਬਿਲਕੁਲ ਸਾਡੇ ਨਾਲ ਆ ਕੇ ਸਾਡੇ ਨਾਲ ਮੋੜੇ ਦਾ ਮੋੜਾ ਲਾ ਕੇ ਖੜੇ ਸੀਗੇ ਉਹਨਾਂ ਨੇ ਸਪੋਰਟ ਵੀ ਕੀਤੀ ਤੇ ਆਕਲੈਂਡ ਕਾਉਂਸਲ ਨੂੰ ਉਸ ਚੀਜ਼ ਬਾਰੇ ਜਾਗਰਤ ਵੀ ਕੀਤਾ ਉਹਦੇ ਬਾਰੇ ਹੁਣ ਕੁਝ ਹੋ ਰਿਹਾ ਮੈਂ ਇੱਕ ਛੋਟਾ ਜਿਹਾ ਆਪਣੇ ਸੋਸ਼ਲ ਮੀਡੀਆ ਪੇਜ ਤੇ ਵੀ ਉਹਦੇ ਬਾਰੇ ਵੀਡੀਓ ਸ਼ੇਅਰ ਕੀਤਾ ਸੀਗਾ ਉੱਥੇ ਵੈਰੀ ਸੂਨ ਆਕਲੈਂਡ ਕਾਉਂਸਲ ਕੁਝ ਕਰ ਰਹੀ ਹੈ ਸੋ ਬਿਲਕੁਲ ਦੇਖੋ ਫਾਇਦਾ ਹੁੰਦਾ ਹੈ ਜਦੋਂ ਇੱਕ 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 ਸਟਰੋਂਗ ਲੀਡਰ ਤੁਹਾਡੇ ਨਾਲ ਆ ਕੇ ਖੜਦਾ ਹੈ ਤੇ ਤੁਹਾਡੀ ਕਮਿਊਨਿਟੀ ਦੀ ਆਵਾਜ਼ ਜਿਹੜੀ ਆ ਉਹ ਹੋਰ ਜ਼ਿਆਦਾ ਬੁਲੰਦ ਹੋ ਜਾਂਦੀ ਹੈ ਰਾਈਟ ਅੱਛਾ ਅਜੀਬਲ ਕੀ ਨੇ ਜੇਕਰ ਤੁਸੀਂ ਚੁਣ ਕੇ ਆਉਣੇ ਹੋ ਮੁੱਢਲੇ ਤੁਹਾਡੇ 2 3 5 ਕੰਮ ਜਿਹੜੇ ਆ ਉਹ ਕੀ ਦੇਖਦੇ ਹੋ ਤੁਸੀਂ ਪਹਿਲਾਂ ਤੇ ਮੈਂ ਸਭ ਤੋਂ ਆਈ ਥਿੰਕ ਮੇਰਾ ਜਿਹੜਾ ਮੇਨ ਪਰਪਸ ਰਹੂਗਾ ਉਹ ਕਮਿਊਨਿਟੀ ਨੂੰ ਆਪਾਂ ਇੱਕ ਇਕੱਠਿਆ ਕੀਤਾ ਜਾਵੇ ਹੂੰ ਲੋਕਲ ਬੋਰਡ ਜਿਹੜਾ ਆ ਕਿ ਕਮਿਊਨਿਟੀ ਜਦੋਂ ਇਕੱਠੇ ਕਰਨ ਦੀ ਗੱਲ ਕਰਦੇ ਆ ਜਿਹੜੀਆਂ ਵੱਖ-ਵੱਖ ਕਲਚਰ ਵਸਦੇ ਨੇ ਉਹਨਾਂ ਨੂੰ ਤੇ ਤੁਸੀਂ ਪੰਜਾਬੀ ਕਮਿਊਨਿਟੀ ਜਾਂ ਇੰਡੀਅਨ ਕਮਿਊਨਿਟੀ ਸਾਰੀਆਂ ਕਮਿਊਨਿਟੀਆਂ ਨੂੰ ਇਨਕਲੂਜਨ ਦਾ ਜਿਹੜਾ ਕਨਸੈਪਟ ਹੈ ਜੀ ਅਸੀਂ ਇੱਕ ਜਿਹਨੂੰ ਬੜਨਾ ਚਾਹੁੰਦੇ ਆ ਕਿਉਂਕਿ ਅਸੀਂ ਭਾਵੇਂ ਰਹਿੰਦੇ ਇੱਕ ਸਟਰੀਟ ਤੇ ਹੀ ਆ ਕਾਫੀ ethnicities ਪਰ ਅਸੀਂ ਇੱਕ ਦੂਸਰੇ ਨੂੰ ਮਿਲਦੇ ਨਹੀਂਗੇ ਤੇ ਉਹਦੇ ਤਹਿਤ ਮੈਂ ਇੱਕ ਨੇਬਰਹੂਡ ਸਪੋਰਟ ਗਰੁੱਪ ਦੀ ਵੀ ਇੱਕ ਇੱਕ ਪ੍ਰੋਪੋਜ਼ਲ ਦਿੱਤਾ ਸੀਗਾ ਕਿ ਅਸੀਂ ਜਦੋਂ ਇੱਕ ਸਟਰੀਟ ਤੇ ਆ ਤੇ ਇਸ ਸਟਰੀਟ ਸਾਰੀ ਇਕੱਠੀ ਹੋ ਜਾਣਗੇ ਨਾ ਅਸੀਂ ਆਪਣਾ ਮੁੱਦਾ ਜਿਹੜਾ ਅੱਗੇ ਰੱਖ ਸਕਦੇ ਆ ਆਪਣੇ ਪਾਰਕਸ ਵਿੱਚ ਆਪਣੇ ਬਜ਼ੁਰਗਾਂ ਲਈ ਜਿਹੜਾ ਖਾਸ ਕਰਕੇ ਸ਼ੈਲਟਰ ਆ ਸ਼ੈਲਟਰ ਬਾਰੇ ਮੈਂ ਦੱਸ ਦੇਣਾ ਚਾਹੁੰਦਾ ਕਿ ਇਹ ਸ਼ੈਲਟਰ ਦਾ ਮੁੱਦਾ ਵੀ ਉਠਾਇਆ ਗਿਆ ਸੀਗਾ ਲੋਕਲ ਬੋਰਡ ਵਿੱਚ ਜਿਹੜਾ ਕਿ ਲੋਕਲ ਬੋਰਡ ਦੀ ਪਾਵਰ ਵਿੱਚ ਆ ਕਰ ਸਕਦੇ ਨੇ ਉਹਨਾਂ ਨੇ ਕਿਹਾ ਕਿ ਜੇ ਅਸੀਂ ਸ਼ੈਲਟਰ ਬਣਾਤਾ ਪਰਮਾਨੈਂਟ ਇੱਥੇ ਤੇ ਇੱਥੇ ਲੋਕੀ ਰਾਤ ਨੂੰ ਆ ਕੇ ਹੋਮਲੈਸ ਜਿਹੜੇ ਆ ਉਹ ਸੌਂ ਜਾ ਕਰਨਗੇ ਠੀਕ ਬਟ ਅਸੀਂ ਇਹ ਕਹਿ ਸਕਦੇ ਆ ਕਿ ਵੇਖੋ ਠੀਕ ਹੈ ਜੇ ਉਹ ਤੁਹਾਡੀ ਗੱਲ ਸਹੀ ਹੈ ਬਿਲਕੁਲ ਕਿ ਹੋਮਲੈਸ ਜਿਹੜੇ ਆ ਬੰਦੇ ਆ ਕੇ ਉਹਨੂੰ ਆਪਣਾ ਘਰ ਨਾ ਬਣਾ ਲੈਣ ਬਟ ਉਹਨੂੰ ਆਪਾਂ ਐਜ਼ ਅ ਵਧੀਆ ਪੁਲਿਸਿੰਗ ਦੇ ਕੇ ਉਹਨੂੰ ਆਪਾਂ ਲੌਕ ਕਰਕੇ ਉਹਨੂੰ ਸਿਓਰ ਕਰ ਸਕਦੇ ਆ ਆਪਾਂ ਹਰ ਚੀਜ਼ ਦਾ ਇੱਕ ਹੱਲ ਹੁੰਦਾ ਹੈ ਉਸ ਤੋਂ ਇਲਾਵਾ ਕਈ ਸਟਰੀਟਸ ਨੇ ਜਿਹੜੀਆਂ ਜੀ ਜਿਨ੍ਹਾਂ ਤੇ ਪ੍ਰੋਟੈਸਟ ਦੀ ਬੜੀ ਲੋੜ ਹੈ ਉਹਨਾਂ ਤੇ ਮੈਂ ਵਰਕ ਕਰ ਰਿਹਾ ਐਟ ਦ ਸੇਮ ਟਾਈਮ ਕੁਝ ਡੇਂਜਰਸ ਇੰਟਰਸੈਕਸ਼ਨ ਹੈ ਜਿਨ੍ਹਾਂ ਦੇ ਆਪਾਂ ਮੈਂ ਹਾਈਲਾਈਟ ਕਰੂੰਗਾ ਸੋ ਇਹ ਜਿਹੜੇ ਲੋਕਲ ਮੁੱਦੇ ਨੇ ਇਹਨਾਂ ਚੀਜ਼ਾਂ ਨੂੰ ਆਪਾਂ ਲੋਕਲ ਬੋਰਡ ਤੇ ਹਾਈਲਾਈਟ ਕਰ ਸਕਦੇ ਅੱਛ ਲੱਗਦਾ ਕਿ ਹੁਣੇ ਸਮਾਂ ਹੈ ਕਿ ਜਿੱਥੇ ਇੰਡੀਅਨ ਭਾਰਤੀ ਪੰਜਾਬੀ ਰੀਪਰਸੈਂਟੇਸ਼ਨ ਜਿਹੜੀ ਆ ਉਹ ਲੋਕਲ ਬੋਰਡ ਜਫਰੋਸ ਤੋਂ ਉੱਪਰ ਵਿੱਚ ਸਰਕਾਰੀ ਦਰਬਾਰੇ ਜ਼ਰੂਰੀ ਬਹੁਤ ਜ਼ਿਆਦਾ ਜ਼ਰੂਰੀ ਹੈ ਮੇਰੇ ਸਾਹਬ ਨਾਪ ਆਲਰੇਡੀ ਬਹੁਤ ਲੇਟ ਹੈ ਸਾਨੂੰ ਸ਼ਾਇਦ ਅੱਜ ਤੋਂ 10 ਸਾਲ ਪਹਿਲਾਂ ਹੀ ਸਾਡੇ 4-5 ਬੰਦੇ ਜਿਹੜੇ ਆ ਉਹ ਪਾਰਲੀਮੈਂਟ 'ਚ ਬੈਠੇ ਹੋਣੇ ਚਾਹੀਦੇ ਸੀਗੇ ਤੇ ਸਾਨੂੰ ਇਸ ਵੇਲੇ ਮੇਅਰ ਲਈ ਕੰਟੈਕਟ ਕਰਨਾ ਚਾਹੀਦਾ ਹੈ ਕਾਰਨ ਕੀ ਕਾਰਨ ਕਿਉਂਕਿ ਸਾਡੀਆਂ ਜਿਹੜੀਆਂ ਲੋੜਾਂ ਨੇ ਇੱਕ ਕਲਚਰ ਨੂੰ ਰਿਪਰੈਜ਼ੈਂਟ ਕਰਨ ਲਈ ਤੁਹਾਨੂੰ ਉਹ ਬੰਦਾ ਚਾਹੀਦਾ ਹੈ ਠੀਕ ਮੈਂ ਮੇਰਾ ਜਿਹੜਾ ਕਲਚਰ ਆ ਜਿਹਦੀ ਉਹਦੀ ਰਿਚਨੈਸ ਆ ਉਹਨੂੰ ਮੈਂ ਹੀ ਐਕਸਪਲੇਨ ਕਰ ਸਕਦਾ ਹਾਂ ਇੱਕ ਦੂਸਰੇ ਮੂਲ ਦਾ ਬੰਦਾ ਜਿਹੜਾ ਆ ਮੇਰੇ ਕਲਚਰ ਨੂੰ ਉਹਨੇ ਤਰ੍ਹਾਂ ਨਾਲ ਐਕਸਪਲੇਨ ਨਹੀਂ ਕਰ ਸਕਦਾ ਜਿਹੜੇ ਤਰੀਕੇ ਨਾਲ ਮੈਂ ਐਕਸਪਲੇਨ ਕਰ ਸਕਦਾ ਠੀਕ ਜਿਹੜੀਆਂ ਪ੍ਰੋਬਲਮਸ ਨੇ ਕਲਚਰ ਕਿਸੇ ਵੀ ਇੱਕ ਪਾਰਟਿਕਲ ਕਲਚਰ ਨੂੰ ਲੈ ਕੇ ਜੇ ਆਪਾਂ ਚੱਲੀਏ ਤੁਹਾਨੂੰ ਪਤਾ ਉਹਦਾ ਸੋਲੂਸ਼ਨ ਵੀ ਉਸੇ ਕਲਚਰ ਵਿੱਚ ਹੀ ਹੁੰਦਾ ਉਹ ਸੋਲੂਸ਼ਨ ਕੱਢਣ ਲਈ ਤੁਹਾਨੂੰ ਉਸ ਕਲਚਰ ਦਾ ਇੱਕ ਬੰਦਾ ਜਿਹੜਾ ਹੈ ਇੱਕ ਰਿਪਰੈਜ਼ੈਂਟੇਟਿਵ ਹੈ ਉਹ ਬਹੁਤ ਲੋੜ ਆ ਠੀਕ ਤੇ ਲੋਕਲ ਬੋਰਡ ਵਿੱਚ ਆਈ ਥਿੰਕ ਹਲੇ ਮੈਨੂੰ ਲੱਗਦਾ ਇਸ ਵਾਰੀ ਆਪਣਾ ਕੋ ਕਾਉਂਸਲ 'ਚ ਬੰਦਾ ਖੜਾ ਆ ਮੇਰੇ ਹਿਸਾਬ ਨਾਲ ਕਾਉਂਸਲ 'ਚ ਵੀ ਖੜਨੇ ਚਾਹੀਦੇ ਨੇ ਤੇ ਪਲੱਸ ਇਸ ਤੋਂ ਬਾਅਦ ਮੇਅਰ ਲਈ ਵੀ ਆਪਾਂ ਨੂੰ ਕੰਟੈਸਟ ਕਰਨਾ ਚਾਹੀਦਾ ਸੋ ਬਹੁਤ ਜ਼ਰੂਰੀ ਆ ਕਿ ਰਿਪਰੈਜ਼ੈਂਟੇਸ਼ਨ ਜਿਹੜੀ ਹੋਣੀ ਚਾਹੀਦੀ ਆ ਅਦਰਜੀ ਕੋਲ ਪਰਸਨਲ ਸਵਾਲ ਹੈ ਤੁਹਾਡੀ ਫੈਮਿਲੀ ਚ ਕੌਣ ਕੌਣ ਨੇ ਕਰੋ ਤੁਸੀਂ ਨਿਊਜ਼ੀਲੈਂਡ ਆਏ ਹੋ ਤੇ ਕੀ ਕਾਰੋਬਾਰ ਤੁਸੀਂ ਕਰਦੇ ਮੈਂ 2007 ਵਿੱਚ ਇਸ ਮੁਲਕ ਨੂੰ ਆਪਣਾ ਘਰ ਬਣਾਇਆ ਜੀ ਜੀ ਤੇ ਕੋ ਕਰੀਬ 15 ਸਾਲ ਹੋ ਚਲੇ ਨੇ ਹੁਣ ਉਸ ਉਸ ਚੀਜ਼ ਨੂੰ ਫੈਮਿਲੀ ਵਿੱਚ ਮੇਰੀ ਵਾਈਫ ਆ ਦੋ ਬੱਚੇ ਨੇ ਜੀ ਮੇਰੀ ਬੇਟੀ ਹੈ 9 ਸਾਲ ਦੀ ਬੇਟਾ ਮੇਰਾ 5 ਸਾਲ ਦਾ ਮੇਰੇ ਪੇਰੈਂਟਸ ਵੀ ਅਮੀ ਡਾਡੀ ਵੀ ਮੇਰੇ ਨਾਲ ਹੀ ਰਹਿੰਦੇ ਨੇ ਉਹ ਕਦੇ ਇੰਡੀਆ ਆ ਜਾਂਦੇ ਨੇ ਇੱਥੇ ਆ ਜਾਂਦੇ ਫਿਰ ਚਲੇ ਜਾਂਦੇ ਨੇ ਤੇ ਮੇਰੀਆਂ ਦੋਵੇਂ ਸਿਸਟਰ ਉਹ ਵੀ ਇੱਥੇ ਹੀ ਨੇ ਫਲੈਟ ਬੁਸ਼ੇਰੀਆ ਵਿੱਚ ਜੀ ਇਸ ਨੇ ਸਾਡੇ ਨਾਲ ਤੇ ਮਤਲਬ अपना ਜਿਹੜਾ ਪਰਿਵਾਰ ਆ ਉਹ ਇੱਥੇ ਹੀ ਆ ਤੇ ਕਾਰੋਬਾਰ ਦੇ ਰਿਲੇਟਡ ਮੈਂ ਇਮੀਗ੍ਰੇਸ਼ਨ ਐਡਵਾਈਜ਼ਰ ਆ ਬਾਈ ਪ੍ਰੋਫੈਸ਼ਨ ਜੀ ਐਟ ਦ ਸੇਮ ਟਾਈਮ ਜਿਹੜੇ ਪੰਜਾਬੀ ਭਾਈਚਾਰਾ ਜਾਂ ਇੰਡੀਅਨ ਭਾਈਚਾਰਾ ਹੋ ਨੋਵਲਟੀ ਸੂਟਸ ਨੂੰ ਬੜੀ ਚੰਗੀ ਤਰ੍ਹਾਂ ਜਾਣਦਾ ਹੋਣਾ ਜੀ ਤੇ ਨੋਵਲਟੀ ਸਟ੍ਰੀਟਸ ਮੈਨੂੰ ਪਿਛਲੇ 7 ਸਾਲ ਤੋਂ ਅਸੀਂ ਚਲਾ ਰਹੇ ਆ ਤੇ ਹੋਰ ਵੀ ਉਹਦੀਆਂ ਬ੍ਰਾਂਚੀਸ ਆਉਣ ਜਿਹੜੀਆਂ ਖੋਲ ਰਿਹਾ ਇਸ ਤੋਂ ਇਲਾਵਾ ਇੱਕ ਦੋ ਛੋਟੇ ਮੋਟੇ ਕਾਰੋਬਾਰ ਹੋਰ ਨੇ ਜਿਹੜੇ ਆਪਾਂ ਕਰਦੇ ਰਹਿੰਦੇ ਠੀਕ ਜਾਂਦੇ ਜਾਂਦੇ ਫਲੈਟ ਬੁਸ਼ ਤੇ ਬੋਟਿੰਗ ਇਲਾਕੇ ਦੇ ਜਿਹੜੇ ਤੁਹਾਡੇ ਵੋਟਰਸ ਨੇ ਉਹਨਾਂ ਨੂੰ ਕੋਈ ਅਪੀਲ ਕਰਨੀ ਚਾਹੁੰ ਆਪਣੀ VOTING PERCENTAGE ਜਿਹੜੀ ਹੈਗੀ ਉਹ 30% ਦੇ ਵੀ ਨੇੜੇ ਨਹੀਂ ਹੈਗੀ ਜੇ ਆਪਾਂ ਵੋਟਾਂ ਨਹੀਂ ਪਾਵਾਂਗੇ ਮੇਰੇ ਵਰਗਾ ਬੰਦਾ ਜਾਂ ਕੋ ਹੋਰ ਵੀ ਕੋਈ ਵੀ ਰਿਪ੍ਰੈਜ਼ੈਂਟੇਟਿਵ ਤੁਸੀਂ ਚਾਹੁੰਦੇ ਹੋ ਉਹਨੂੰ ਤੁਸੀਂ ਅੱਗੇ ਕਿੱਦਾਂ ਲੈ ਕੇ ਜਾਓਗੇ ਉਹ ਤੁਹਾਡੇ ਬਿਹਫਤ ਕਿੱਦਾਂ ਆਵਾਜ਼ ਚੁਕੇਗਾ ਜੇ ਤੁਸੀਂ VOTE ਹੀ ਨਹੀਂ ਪਾਓਗੇ ਬੜਾ ਸਿੰਪਲ ਪ੍ਰੋਸੈਸ ਆ ਪੋਸਟਲ ਬੈਲਟ ਆ ਤੁਹਾਡੇ ਘਰੇ ਆ ਜਾਣਾ ਹੈ ਤੁਸੀਂ ਟਿਕ ਕਰਕੇ ਅੱਗੇ ਭੇਜ ਦੇਣਾ ਸੋ ਮੇਰੀ ਇਹੀ ਬੇਨਤੀ ਆ ਹੱਥ ਬੰਨ੍ਹ ਕੇ ਬੇਨਤੀ ਆ ਕਿ ਜ਼ਰੂਰ ਆਪਾਂ ਵੋਟਾਂ ਵਾਲੇ ਬੰਨੇ ਜ਼ਰੂਰ ਜਾਈਏ ਉਹਨੂੰ ਰਬਿਸ਼ 'ਚ ਨਾ ਸੁੱਟਿਓ ਉਹਨੂੰ ਆਪਣੇ ਫ੍ਰਿਜ ਤੇ ਨਾ ਪਿਆ ਰਵੇ ਤੁਹਾਡੇ ਉਹ ਡਾਈਨਿੰਗ ਟੇਬਲ ਤੇ ਨਾ ਪਿਆ ਰਵੇ ਉਹਨੂੰ ਜ਼ਰੂਰ ਤੁਸੀਂ ਪੋਸਟ ਕਰੋ ਸਪੈਸ਼ਲ ਵੋਟ ਵੀ ਤੁਸੀਂ ਕਾਸਟ ਕਰ ਸਕਦੇ ਜੀ ਲਾਇਬ੍ਰੇਰੀ ਜਾਂ ਸੁਪਰਮਾਰਕੀਟ ਹੁਣ ਤਾਂ ਕਈ ਆਪਣੇ ਗੁਰੂ ਘਰਾਂ ਨੂੰ ਵੀ ਪਰਮਿਸ਼ਨ ਮਿਲ ਗਈ ਆ ਕਿ ਉੱਥੇ ਵੀ ਜਾ ਕੇ ਤੁਸੀਂ ਪੋਸਟਲ ਬੈਲਟ ਜਿਹੜਾ ਆ ਸਪੈਸ਼ਲ ਵੋਟਿੰਗ ਕਰ ਸਕਦੇ ਹੋ ਸੋ ਇਹ ਮੇਰੀ ਬੇਨਤੀ ਹੈ ਜੀ ਤੁਹਾਨੂੰ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰੋ ਧੰਨਵਾਦ